रसोई ਦੇ ਵਿੱਚ ਜਿਹੜੇ ਜਿੰਨੇ ਵੀ ਮਸਾਲੇ ਆ ਉਹ ਆਪਣੇ ਸਿਹਤ ਨੂੰ ਠੀਕ ਕਰਨ ਵਿੱਚ ਵੀ ਤੇ ਖਰਾਬ ਕਰਨ ਵਿੱਚ ਵੀ ਮਦਦਗਾਰ ਪੂਰੇ ਹੁੰਦੇ ਨੇ ਜੇ ਉਹਨਾਂ ਨੂੰ ਆਪਾਂ ਸਹੀ ਢੰਗ ਦੇ ਨਾਲ ਲਵਾਂਗੇ ਮਸਾਲਿਆਂ ਨੂੰ ਤੇ ਉਹਨਾਂ ਦੇ ਨਾਲ ਦੀ ਦਵਾਈ ਕੋਈ ਨਹੀਂ ਹੈ। ਹੌਲੀ ਹੌਲੀ ਇਹਦਾ ਜਿਹੜਾ ਇਲਾਜ ਜਿਹੜਾ ਦਾ ਫਰਕ ਪੈਂਦਾ ਵਾ ਪਰ ਪੈਂਦਾ ਪੱਕਾ ਵਾ। ਆਪਾਂ ਭਜਦੇ ਆ ਕਾਲੀ ਕਾਲੀ ਦਵਾਈਆਂ ਨਾਲ ਵੀ ਅੰਦਰ ਗੋਲੀ ਸੁੱਟੀ ਤੇ ਦਰਦ ਠੀਕ ਹੋ ਗਈ। ਉਹਦੇ ਨਾਲ ਆਪਾਂ ਨੂੰ ਹੋਰ 100 ਬਿਮਾਰੀਆਂ ਜ਼ਰੂਰ ਲੱਗ ਜਾਂਦੀਆਂ ਨੇ ਜੇ ਆਪਣੀ ਇੱਕ ਠੀਕ ਹੁੰਦੀ ਆ ਤੇ ਇਹੋ ਜਿਹੜੀ ਦੇਸੀ ਆਪਾਂ ਨੁਕਤੇ ਵਰਤਦੇ ਆ ਉਹਨਾਂ ਦੇ ਨਾਲ ਸਨ। ਤੇ ਹੁਣ ਆਪਾਂ ਗੱਲ ਕਰਦੇ ਆ ਜੀ ਸਭ ਤੋਂ ਵੱਡੀ ਦਿੱਕਤ ਦੀ ਜਿਹੜੀ ਮੈਨੂੰ ਵੀ ਆ ਤੇ ਹੋਰ ਕਈਆਂ ਜਾਣਿਆਂ ਨੂੰ ਆ ਜਿਨ੍ਹਾਂ ਦੇ ਮੈਨੂੰ ਫੋਨ ਆਉਂਦੇ ਨੇ ਵੀ ਇਹ ਕੈਂਸਰ ਤੱਕ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਦੇ ਵਿੱਚ ਫਾਇਦੇਮੰਦ ਹੁੰਦੀ ਆ ਤੇ ਜਿਹੜੀ ਟਾਈਪ 2 ਸ਼ੂਗਰ ਆ ਉਹਨੂੰ ਵੀ ਇਹ ਕੰਟਰੋਲ ਕਰਨ ਦੇ ਵਿੱਚ ਮਦਦਗਾਰ ਪੂਰੀ ਹੁੰਦੀ ਆ। ਉਹਦੇ ਵਾਸਤੇ ਤੁਸੀਂ ਇਹਦਾ ਸੇਵਨ ਕਿਵੇਂ ਕਰਨਾ ਸਵੇਰੇ ਸਵੇਰ ਤੁਸੀਂ ਯਾਦਸ਼ ਘਟ ਗਈ ਚੇਤਾ ਭੁੱਲ ਜਾਂਦਾ ਵੀ ਪਤਾ ਨਹੀਂ ਕਿੱਥੇ ਕਿਹੜੀ ਚੀਜ਼ ਰੱਖ ਲਈਏ ਬਹੁਤ ਜ਼ਿਆਦਾ ਆ ਰਹੀ ਆ ਆਪਾਂ ਨੂੰ ਹਰ ਇੱਕ ਨੂੰ ਪ੍ਰੋਬਲਮ ਇਹ ਆ ਰਹੀ ਆ ਸਿਆਣਿਆਂ ਨੂੰ ਵੀ ਬੱਚਿਆਂ ਨੂੰ ਵੀ ਤੇ ਉਹਦੇ ਵਿੱਚ ਵੀ ਇਹ ਜਿਹੜੀ ਕਲੋਂਜੀ ਆ ਬਹੁਤ ਮਦਦਗਾਰ ਹੁੰਦੀ ਹੈ। ਵੇਟ ਜਦੋਂ ਆਪਣਾ ਵੱਧਦਾ ਨਾ ਉਦੋਂ ਵੀ ਨਹੀਂ ਆਪਾਂ ਨੂੰ ਪਤਾ ਲੱਗਦਾ, ਹੌਲੀ ਹੌਲੀ ਬੰਦਾ ਮੋਟਾ ਹੁੰਦਾ ਜਾਂਦਾ ਜਦੋਂ ਕੱਪੜੇ ਟਾਈਟ ਹੋਣ ਲੱਗ ਜਾਣਾ ਫਿਰ ਪਤਾ ਲੱਗਦਾ ਵੀ ਆਪਣਾ ਜਿਹੜਾ ਵਜਨ ਵੱਧ ਗਿਆ। ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਰਾਮ ਰਾਮ, ਜੈ ਮਾਤਾ ਦੀ, ਕੈਸੇ ਹੋ ਸਭ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗ ਤੇ। ਤੋਂ ਫਰੈਂਡ ਅੱਜ ਵਾਲੀ ਵੀਡੀਓ 'ਚ ਆਪਾਂ ਲੈ ਕੇ ਆਏ ਹਾਂ ਕਲੌਂਜੀ ਨੂੰ ਵੀ ਆਪਣਾ ਇੱਕ ਰਸੋਈ ਦਾ ਮਸਾਲਾ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ। ਕਈ ਚੀਜ਼ਾਂ ਦੇ ਵਿੱਚ ਆਪਾਂ ਇਹਦਾ ਯੂਜ਼ ਕਰਦੇ ਹਾਂ ਤੇ ਇਹਦੇ ਦਾਣੇ ਇਸ ਤਰ੍ਹਾਂ ਦੇ ਹੁੰਦੇ ਨੇ, ਇਹ ਤੁਸੀਂ ਦੇਖ ਸਕਦੇ ਹੋ। ਤੇ ਇਹਨੂੰ ਕੋਈ ਲੋਕ ਕਣ ਬੋਲਦੇ ਨੇ, ਕੋਈ ਲੋਕ ਇਹਨੂੰ ਕਲੌਂਜੀ ਬੋਲਦੇ ਨੇ। ਇਹ ਹੁੰਦਾ ਅਸਲ 'ਚ ਪਿਆਜ਼ ਦਾ ਬੀਜ ਆ, ਜਿਵੇਂ ਜਿਹੜਾ ਆਪਾਂ ਪਿਆਜ਼ ਲਾਉਂਦੇ ਹਾਂ ਜਿਹੜਾ ਉਹਦੇ ਉੱਤੇ ਫੁੱਲ ਜਿਹਾ ਬਣਦਾ ਵਾ ਪੱਕ ਕੇ, ਉਹਦੇ ਵਿੱਚੋਂ ਇਹ ਨਿਕਲਦਾ ਬੀਜ, ਇਹ ਕਲੌਂਜੀ ਹੁੰਦੀ ਆ। ਆਮ ਤੌਰ ਤੇ ਆਪਾਂ ਇਹਨੂੰ ਚਾਰ ਦੇ ਵਿੱਚ ਵਰਤਿਆ ਜਾਂਦਾ, ਹਰ ਪੰਜਾਬੀ ਰਸੋਈ ਦੇ ਘਰ ਦੇ ਵਿੱਚ ਹੋਊਗੀ ਜ਼ਰੂਰ ਇਹ, ਕਿਉਂਕਿ ਜਦੋਂ ਆਪਾਂ ਚਾਰ ਪਾਉਂਦੇ ਹਾਂ ਉਦੋਂ ਕਲੌਂਜੀ ਜ਼ਰੂਰ ਆਪਾਂ ਉਹਦੇ ਵਿੱਚ ਪਾਉਂਦੇ ਹਾਂ। ਤੇ ਕਈ ਸਬਜ਼ੀਆਂ ਦੇ ਵਿੱਚ ਵੀ ਕਲੌਂਜੀ ਦਾ ਜਿਹੜਾ ਸਵਾਦ ਬਹੁਤ ਵੱਖਰਾ ਜਿਹਾ ਆਉਂਦਾ, ਜਿਵੇਂ ਆਪਾਂ ਚੈਨਲ ਦੇ ਉੱਤੇ ਆਲੂ ਕਲੌਂਜੀ ਦੀ ਸਬਜ਼ੀ ਪਾਈ ਆ, ਬਹੁਤ ਜ਼ਿਆਦਾ ਟੇਸਟੀ ਬਣਦੀ ਆ ਸਬਜ਼ੀ ਵੀ। ਇਹ ਸਬਜ਼ੀਆਂ ਦੇ ਸਵਾਦ ਨੂੰ ਵਧਾਉਣ ਦੇ ਨਾਲ ਨਾਲ ਕਲੌਂਜੀ ਜਿਹੜੀ ਉਹ ਸਿਹਤ ਵਾਸਤੇ ਵੀ ਆਪਣੀ ਬਹੁਤ ਜਿਹੜੀ ਫਾਇਦੇਮੰਦ ਆ। ਅੱਜ ਆਪਾਂ ਇਹਦੇ ਫਾਇਦਿਆਂ ਦੀ ਗੱਲ ਕਰਾਂਗੇ, ਇਹ ਕਈ ਪ੍ਰੋਬਲਮਾਂ ਨੂੰ ਠੀਕ ਕਰਦੀ ਹੈ ਕਲੌਂਜੀ। ਅੱਜ ਆਪਾਂ ਉਸ ਬਾਰੇ ਸਾਰੀ ਗੱਲ ਕਰਾਂਗੇ ਵੀ ਇਹ ਕਿਹੜੀ ਕਿਹੜੀ ਪ੍ਰੋਬਲਮ ਵਾਸਤੇ ਕਲੌਂਜੀ ਤੇ ਕਿਸ ਤਰ੍ਹਾਂ ਆਪਾਂ ਇਹਦਾ ਸੇਵਨ ਕਰ ਸਕਦੇ ਹਾਂ ਜੋ ਆਪਾਂ ਨੂੰ ਇਹ ਆਪਣੇ ਸਰੀਰ ਨੂੰ ਫਾਇਦਾ ਹੋਵੇ, ਕਿਉਂਕਿ ਇਹਦੇ ਵਿੱਚ ਫਾਈਬਰ, ਅਮੀਨੋ ਐਸਿਡ, ਵਿਟਾਮਿਨ ਬੀ, ਵਿਟਾਮਿਨ ਬੀ 12 ਤੇ ਵਿਟਾਮਿਨ ਸੀ ਜਿਹੜਾ ਭਰਪੂਰ ਮਾਤਰਾ ਦੇ ਵਿੱਚ ਇਹਦੇ ਵਿੱਚ ਪਾਇਆ ਜਾਂਦਾ ਹੈ। ਆਪਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ, ਜਿਵੇਂ ਆਪਾਂ ਰੂਟੀਨ ਤੋਂ ਰੂਟੀਨ ਜਿਵੇਂ ਆਪਣੀਆਂ ਮੰਮੀਆਂ ਵਰਤਦੀਆਂ ਸੀਗਾ ਉਹਨਾਂ ਦੀਆਂ ਮੰਮੀਆਂ ਵਰਤਦੀਆਂ ਸੀ, ਇਦਾਂ ਵੀ ਆਪਾਂ ਇਹ ਰਸੋਈ ਦੇ ਮਸਾਲੇ ਵਰਤ ਰਹੇ ਹੁੰਦੇ। ਆਪਾਂ ਹਰ ਵੀਡੀਓ 'ਚ ਤੁਹਾਨੂੰ ਦੱਸਦੇ ਹਾਂ ਵੀ ਆਪਣੀ ਜਿਹੜੀ ਰਸੋਈ ਦੇ ਵਿੱਚ ਜਿਹੜੇ ਜਿੰਨੇ ਵੀ ਮਸਾਲੇ ਆ ਉਹ ਆਪਣੇ ਸਿਹਤ ਨੂੰ ਠੀਕ ਕਰਨ ਵਿੱਚ ਵੀ ਤੇ ਖਰਾਬ ਕਰਨ ਵਿੱਚ ਵੀ ਮਦਦਗਾਰ ਪੂਰੇ ਹੁੰਦੇ ਨੇ ਜੇ ਉਹਨਾਂ ਨੂੰ ਆਪਾਂ ਸਹੀ ਢੰਗ ਦੇ ਨਾਲ ਲਵਾਂਗੇ ਮਸਾਲਿਆਂ ਨੂੰ ਤੇ ਉਹਨਾਂ ਦੇ ਨਾਲ ਦੀ ਦਵਾਈ ਕੋਈ ਨਹੀਂ ਹੈ। ਤੇ ਜੇ ਉਹਨਾਂ ਨੂੰ ਆਪਾਂ ਗਲਤ ਤਰੀਕੇ ਨਾਲ ਲੈ ਲਾਂਗੇ ਤੇ ਉਹ ਫਿਰ ਉਹ ਨੁਕਸਾਨ ਵੀ ਕਰਦਾ, ਕੋਈ ਵੀ ਚੀਜ਼ ਆ ਜੇ ਤੁਸੀਂ ਗਲਤ ਤਰੀਕੇ ਨਾਲ ਲਓਗੇ ਤੇ ਉਹ ਨੁਕਸਾਨ ਕਰੂਗੀ। ਬਾਕੀ ਆਪਣੇ ਜਿਹੜੇ ਆਪਾਂ ਭਾਰਤੀ ਆ ਆਪਣੇ ਵਾਸਤੇ ਬਹੁਤ ਮਾਣ ਦੀ ਗੱਲ ਆ ਕਿ ਆਪਣੇ ਕੋਲ ਇੰਨੀਆਂ ਔਸ਼ਧੀਆਂ ਰੂਪ ਮਸਾਲੇ ਦਿੱਤੇ ਨੇ ਰੱਬ ਨੇ ਆਪਾਂ ਨੂੰ ਕਿ ਆਪਾਂ ਨੂੰ ਉਹ ਵਰਤ ਕੇ ਤੇ ਉਹਦੇ ਨਾਲ ਹੀ ਆਪਣੀ ਜਿਹੜੀ ਪ੍ਰੋਬਲਮ ਜਿਹੜੀ ਘਟਾ ਸਕਦੇ ਆ। ਤੇ ਆਓ ਆਪਾਂ ਗੱਲ ਕਰਦੇ ਆ ਵੀ ਇਹਦੇ ਨਾਲ ਕਿਹੜੀ ਕਿਹੜੀ ਪ੍ਰੋਬਲਮ ਜਿਹੜੀ ਠੀਕ ਹੁੰਦੀ ਆ ਤੇ ਕਿੱਦਾਂ ਕਿੱਦਾਂ ਉਹ ਪ੍ਰੋਬਲਮ ਦੇ ਵਿੱਚ ਇਹਦਾ ਸੇਵਨ ਕਰਨਾ। ਤੇ ਕਲੌਂਜੀ ਦਾ ਸੇਵਨ ਆਪਾਂ ਕਈ ਤਰੀਕੇ ਨਾਲ ਕਰ ਸਕਦੇ ਆ, ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਾਂ ਇਹਨੂੰ ਚਾਰ ਦੇ ਵਿੱਚ ਵੀ ਪਾ ਕੇ ਯੂਜ਼ ਕਰਦੇ ਆ ਜੀ, ਕਈ ਸਬਜ਼ੀਆਂ ਦੇ ਵਿੱਚ ਵੀ ਪਾਉਂਦੇ ਆ, ਤੇ ਇਹ ਕਲੌਂਜੀ ਦਾ ਪਾਣੀ ਵੀ ਪੀਤਾ ਜਾਂਦਾ ਹੈ ਤੇ ਕਲੌਂਜੀ ਵੈਸੇ ਵੀ ਖਾਧੀ ਜਾਂਦੀ ਆ। ਕਿਹੜੀ ਪ੍ਰੋਬਲਮ ਵਾਸਤੇ ਖਾਧੀ ਜਾਂਦੀ ਉਹ ਆਪਾਂ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਸ਼ੂਗਰ ਦੀ, ਜਿਹੜੀ ਆਮ ਹੀ ਬਿਮਾਰੀ ਅੱਜ ਕੱਲ੍ਹ ਬਣੀ ਪਈ। ਯਾਰ ਦੂਜੇ ਘਰ ਪੁੱਛੋ ਜੀ ਸ਼ੂਗਰ ਆ, ਕੋਈ ਨਹੀਂ ਜੀ ਮਿੱਠੀ ਚਾਹ ਪੀਣੀ ਸ਼ੂਗਰ ਆ, ਕਿਉਂਕਿ ਹਰ ਦੂਸਰੇ ਬੰਦੇ ਨੂੰ ਸ਼ੂਗਰ ਹੋਈ ਆ। ਇਹ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਜਿਹੜੀ ਕਲੌਂਜੀ ਹੈ ਬਹੁਤ ਮਦਦਗਾਰ ਹੁੰਦੀ ਆ, ਤੇ ਇਹਦਾ ਸਹੀ ਢੰਗ ਨਾਲ ਆਪਾਂ ਨੂੰ ਸੇਵਨ ਕਰਨਾ ਚਾਹੀਦਾ। ਜੇ ਆਪਾਂ ਸਹੀ ਢੰਗ ਨਾਲ ਇਹਦਾ ਸੇਵਨ ਕਰਾਂਗੇ ਨਾ ਤੇ ਜਿਹੜੀ ਟਾਈਪ 2 ਸ਼ੂਗਰ ਆ ਉਹਨੂੰ ਵੀ ਇਹ ਕੰਟਰੋਲ ਕਰਨ ਦੇ ਵਿੱਚ ਮਦਦਗਾਰ ਪੂਰੀ ਹੁੰਦੀ ਆ। ਉਹਦੇ ਵਾਸਤੇ ਤੁਸੀਂ ਇਹਦਾ ਸੇਵਨ ਕਿਵੇਂ ਕਰਨਾ, ਸਵੇਰੇ ਸਵੇਰ ਤੁਸੀਂ ਖਾਲੀ ਪੇਟ ਇਹਦੇ ਬੀਜਾਂ ਦਾ, ਜਿਵੇਂ ਆ ਜਿਹੜੇ ਬੀਜ ਆਪਾਂ ਤੁਹਾਨੂੰ ਦੱਸੇ ਹੋਏ ਆ ਇਹਨਾਂ ਦਾ ਤੁਸੀਂ ਗਰਮ ਪਾਣੀ ਲੈ ਕੇ, ਗੁਣਗਣਾ ਜਿਹਾ ਪਾਣੀ ਲੈ ਕੇ ਤੇ ਉਹ ਸੇਵਨ ਕਰਨਾ। ਜਿਵੇਂ ਕਿ ਕਈ ਲੋਕ ਕਾਲੀ ਜੀਰੀ ਦਾ ਵੀ ਕਰਦੇ ਹੋਣ, ਜਿਨ੍ਹਾਂ ਨੂੰ ਪਤਾ ਕਾਲੀ ਜੀਰੀ ਦਾ ਤਾਂ ਠੀਕ ਆ, ਜਿਨ੍ਹਾਂ ਨੂੰ ਨਹੀਂ ਪਤਾ ਉਹ ਆਪਾਂ ਫੇਰ ਵੀਡੀਓ ਵੱਖਰੀ ਬਣਾ ਦਾਂਗੇ ਵੀ ਕਾਲੀ ਜੀਰੀ ਵੀ ਇਹਦੇ ਵਾਂਗੂ ਬਹੁਤ ਜਿਹੜੀ ਫਾਇਦੇਮੰਦ ਹੁੰਦੀ ਹੈ ਆਪਣੇ ਸਰੀਰ ਵਾਸਤੇ। ਜਿਵੇਂ ਲੋਕ ਕਾਲੀ ਜੀਰੀ ਦਾ ਸੇਵਨ ਕਰਦੇ ਆ ਨਾ, ਇੱਦਾਂ ਹੀ ਤੁਸੀਂ ਕਲੌਂਜੀ ਦਾ ਸੇਵਨ ਵੀ ਕਰਨਾ। ਤੇ ਸੇਵਨ ਜਿਹੜਾ ਤੁਸੀਂ ਲਗਾਤਾਰ ਕਰਨਾ, ਐ ਨਹੀਂ ਵੀ 2 ਦਿਨ ਕਰ ਲਿਆ ਚਾਹੇ ਮਹੀਨਾ ਕਰ ਲਿਆ ਚਾਹੇ 10 ਦਿਨ ਕਰ ਲਏ, ਲਗਾਤਾਰ ਤੁਸੀਂ ਕਰੋਗੇ ਨਾ ਤੇ ਇਹ ਵੱਡੀ ਤੋਂ ਵੱਡੀ ਸ਼ੂਗਰ ਨੂੰ ਵੀ ਜਿਹੜੀ ਕੰਟਰੋਲ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦਗਾਰ ਹੁੰਦੀ ਹੈ ਕਲੌਂਜੀ। ਤੇ ਜਿਹੜੀ ਇਹਦੀ ਮਾਤਰਾ ਤੁਸੀਂ ਲੈਣੀ ਹੈ ਕਲੌਂਜੀ ਦੀ, ਉਹ ਤੁਸੀਂ 1 ਚਮਚ ਲੈਣੇ ਬੀਜ, ਜਿਵੇਂ ਆਪਾਂ ਤੁਹਾਨੂੰ ਦੱਸ ਚੁੱਕੇ ਵੀ ਇੱਦਾਂ 1 ਚਮਚ ਜਿਹੜਾ ਬੀਜ ਲੈ ਲੈਣਾ ਤੇ ਕੋਸਾ ਜਿਹਾ ਪਾਣੀ ਲੈਣਾ ਵਾ ਜਿਹੜਾ ਸਵੇਰੇ
ਤੇ ਲਗਾਤਾਰ ਸੇਵਨ ਕਰਨ ਦੇ ਨਾਲ ਤੁਹਾਡੀ ਉਹ ਸ਼ੂਗਰ ਜਿਹੜੀ ਹੈ ਕੰਟਰੋਲ ਚ ਆ ਜਾਏਗੀ। ਤੇ ਅੱਗੇ ਆ ਜਾਂਦਾ ਜੀ ਜਿਵੇਂ ਕਈਆਂ ਨੂੰ ਕਿਡਨੀ ਦੇ ਵਿੱਚ ਸਟੋਨ ਹੁੰਦਾ ਜਿਹਨੂੰ ਆਪਾਂ ਪੱਥਰੀ ਕਹਿੰਦੇ ਆ, ਉਹਨੂੰ ਵੀ ਇਹ ਠੀਕ ਕਰਨ ਦੇ ਵਿੱਚ ਬਹੁਤ ਫਾਇਦੇਮੰਦ ਹੁੰਦੀ ਆ। ਉਹਦੇ ਵਾਸਤੇ ਸੇਵਨ ਆਪਾਂ ਕਰਨਾ ਵੀ ਇੱਕ ਚਮਚ ਜਿਹੜਾ ਇੱਕ ਗਲਾਸ ਪਾਣੀ ਦੇ ਵਿੱਚ ਆਪਾਂ ਇਹਨੂੰ ਉਬਾਲ ਲੈਣਾ, ਜਿਵੇਂ ਬਲੈਕ ਟੀ ਉਹਨੂੰ ਆਪਾਂ ਬੋਲ ਸਕਦੇ ਆ। ਉਦਾਂ ਤੁਸੀਂ ਇਹਨੂੰ ਛਾਣ ਕੇ ਫਿਰ ਗੁਣਗਣਾ ਜਾਂ ਚਾਹ ਵਾਂਗੂ ਹੀ ਤੁਸੀਂ ਪਾਣੀ ਪੀਣਾ। ਉਹ ਲਗਾਤਾਰ ਪੀਣ ਦੇ ਨਾਲ ਜਿਹੜਾ ਤੁਹਾਡਾ ਕਿਡਨੀ ਦਾ ਸਟੋਨ ਆ ਉਹ ਵੀ ਜਿਹੜਾ ਵਾ ਹੌਲੀ ਹੌਲੀ ਖੁਰਨਾ ਸ਼ੁਰੂ ਹੋ ਜਾਊਗਾ। ਦੇਖੋ ਇਹ ਜਿਹੜਾ ਦੇਸੀ ਦਵਾਈ ਹੈ ਆਪਾਂ ਬਾਰ ਬਾਰ ਤੁਹਾਨੂੰ ਦੱਸਦੇ ਹਾਂ ਵੀ ਇਹਦਾ ਜਿਹੜਾ ਸੇਵਨ ਲਗਾਤਾਰ ਕਰਨਾ ਪੈਂਦਾ ਵਾ ਤੇ ਬਹੁਤ ਹੌਲੀ ਹੌਲੀ ਇਹਦਾ ਜਿਹੜਾ ਇਲਾਜ ਜਿਹੜਾ ਇਹਦਾ ਫਰਕ ਪੈਂਦਾ ਵਾ, ਪਰ ਪੈਂਦਾ ਪੱਕਾ ਵਾ। ਆਪਾਂ ਭਜਦੇ ਹਾਂ ਕਾਲੀ ਕਾਲੀ ਦਵਾਈਆਂ ਵੀ ਅੰਦਰ ਗੋਲੀ ਸੁੱਟੀ ਤੇ ਦਰਦ ਠੀਕ ਹੋ ਗਈ, ਉਹਦੇ ਨਾਲ ਆਪਾਂ ਨੂੰ ਹੋਰ 100 ਬਿਮਾਰੀਆਂ ਜ਼ਰੂਰ ਲੱਗ ਜਾਂਦੀਆਂ ਨੇ ਜੇ ਆਪਣੀ ਇੱਕ ਠੀਕ ਹੁੰਦੀ ਆ। ਤੇ ਇਹੋ ਜਿਹੜੀ ਦੇਸੀ ਆਪਾਂ ਨੁਕਸੇ ਵਰਤਦੇ ਆ ਉਹਨਾਂ ਦੇ ਨਾਲ ਸਾਨੂੰ ਹੋਰ ਬਿਮਾਰੀ ਜਿਹੜੀ ਲੱਗਣ ਦਾ ਡਰ ਘੱਟ ਰਹਿੰਦਾ। ਦਾ ਵਜਨ ਘਟਾਉਣ ਦੇ ਵਿੱਚ ਵੀ ਕਲੌਂਜੀ ਜਿਹੜੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਆ। ਉਹਦੇ ਨਾਲ ਨਾਲ ਤੁਸੀਂ ਆਪਣੀ ਜਿਵੇਂ ਆਪਾਂ ਤੁਹਾਨੂੰ ਦੱਸਦੇ ਵੀ ਕੋਈ ਵੀ ਚੀਜ਼ ਆਪਾਂ ਦੱਸਦੇ ਆ ਨਾ ਵੀ ਇਹਦੇ ਨਾਲ ਵਜਨ ਘਟਦਾ ਵਾ, ਚਾਹੇ ਔਲੇ ਦਾ ਪਾਣੀ ਹੋ ਗਿਆ, ਚਾਹੇ ਉਹ ਅਜਵਾਇਣ ਹੋ ਗਈ, ਚਾਹੇ ਸੌਂਫ ਹੋ ਗਈ, ਉਹਦੇ ਨਾਲ ਨਾਲ ਆਪਾਂ ਆਪਣਾ ਖਾਣ ਪੀਣ ਵੀ ਥੋੜਾ ਜਿਹਾ ਸੁਧਾਰਾਂਗੇ ਤਾਂ ਹੀ ਉਹ ਫਰਕ ਪਊਗਾ। ਆਪਣੀ ਥੋੜੀ ਵਾਕ ਵਧਾਵਾਂਗੇ ਆਪਣਾ, ਤੇ ਕਲੌਂਜੀ ਦੇ ਖਾਣ ਦੇ ਨਾਲ ਨਾਲ ਆਪਾਂ ਨੂੰ ਸੈਰ ਵੀ, ਆਪਾਂ ਨੂੰ ਵਾਕ ਵੀ ਜਿਹੜੀ ਐਕਸਰਸਾਈਜ਼ ਕਸਰਤ ਆਪਾਂ ਕਰਦੇ ਹਾਂ ਉਹ ਵੀ ਆਪਣਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਰੋਜ਼ ਦਾ ਰੋਜ਼ ਜੇ ਤੁਸੀਂ ਉਹ ਵੀ ਨਾਲ ਕਰੋਗੇ ਤੇ ਨਾਲ ਤੁਸੀਂ ਇਹਨਾਂ ਚੀਜ਼ਾਂ ਦਾ ਸੇਵਨ ਕਰੋਗੇ ਤੇ ਜਿਹੜਾ ਵਜ਼ਨ ਆ ਉਹ ਬਹੁਤ ਜਲਦੀ ਘਟ ਜਾਊਗਾ। ਉਹਦੇ ਵਿੱਚ ਤੁਸੀਂ ਕਿਵੇਂ ਦਾ ਸੇਵਨ ਕਰਨਾ, ਉਹਦੇ ਵਿੱਚ ਜਿਵੇਂ ਆਪਾਂ ਕਿਡਨੀ ਵਾਸਤੇ ਇਹਦਾ ਸੇਵਨ ਕੀਤਾ ਨਾ ਉਦਾਂ ਹੀ ਆਪਾਂ ਕਰਨਾ। ਇੱਕ ਚਮਚ ਜਿਹੜਾ ਸਵੇਰੇ ਸਿਰ ਤੁਸੀਂ ਪਾਣੀ ਦੇ ਵਿੱਚ ਉਹਨੂੰ ਉਬਾਲ ਲੈਣਾ, ਚਾਹ ਦੇ ਰੂਪ ਦੇ ਵਿੱਚ ਉਹਨੂੰ ਆਪਾਂ ਪੀਣਾ ਹੌਲੀ ਹੌਲੀ ਸਿਪ ਸਿਪ ਕਰਕੇ। ਤੇ ਉਹਦੇ ਨਾਲ ਜਿਹੜਾ ਮੈਟਾਬੋਲਿਜ਼ਮ ਨੂੰ ਇਹ ਜਿਵੇਂ ਪੁਸ਼ ਕਰਦੀ ਹੈ ਤੇ ਫਿਰ ਤੁਹਾਡਾ ਵੇਟ ਲਾਸ ਦਾ ਪ੍ਰੋਸੈਸਿੰਗ ਨੂੰ ਇਹ ਸ਼ੁਰੂਆਤ ਕਰ ਦਿੰਦੀ ਹੈ ਅੰਦਰੋਂ, ਤੇ ਹੌਲੀ ਹੌਲੀ ਜਿਹੜੀ ਉਹ ਜਿਹੜੀ ਪ੍ਰੋਸੈਸਿੰਗ ਤੁਹਾਡੀ ਚੱਲਦੀ ਰਹੂਗੀ। ਦੇਖੋ ਵੇਟ ਜਦੋਂ ਆਪਣਾ ਵੱਧਦਾ ਨਾ ਉਦੋਂ ਵੀ ਨਹੀਂ ਆਪਾਂ ਨੂੰ ਪਤਾ ਲੱਗਦਾ, ਹੌਲੀ ਹੌਲੀ ਬੰਦਾ ਮੋਟਾ ਹੁੰਦਾ ਜਾਂਦਾ, ਜਦੋਂ ਕੱਪੜੇ ਟਾਈਟ ਹੋਣ ਲੱਗ ਜਾਣਾ ਫਿਰ ਪਤਾ ਲੱਗਦਾ ਵੀ ਆਪਣਾ ਜਿਹੜਾ ਵਜ਼ਨ ਵੱਧ ਗਿਆ। ਤੇ ਘਟਣ ਲੱਗਿਆ ਵੀ ਨਹੀਂ ਪਤਾ ਲੱਗਦਾ, ਉਹ ਵੀ ਹੌਲੀ ਹੌਲੀ ਘਟੂਗਾ, ਤੁਹਾਨੂੰ ਉਹ ਵੀ ਕੱਪੜਿਆਂ ਤੋਂ ਹੀ ਪਤਾ ਲੱਗਦਾ ਵੀ ਤੁਹਾਡੇ ਜਿਹੜੇ ਕੱਪੜੇ ਲੂਜ਼ ਹੋ ਗਏ ਆ। ਇਹ ਤੁਸੀਂ ਰੁਟੀਨ 'ਚ ਚਲੋ, ਦਿਖਦਾ ਨਹੀਂ ਹੈ ਨਾ ਵੱਧਦਾ ਦਿਖਦਾ ਨਾ ਘਟਦਾ ਦਿਖਦਾ ਵਾ, ਬਸ ਆਪਣੀ ਤੁਸੀਂ ਰੁਟੀਨ ਕਰਦੇ ਜਾਓ ਆਪਣਾ। ਫਿਰ ਉਹੀ ਗੱਲ ਆਉਂਦੀ ਹੈ ਖਾਣ ਪੀਣ ਆਪਣਾ ਸੁਧਾਰੋ ਤੇ ਜਿਹੜਾ ਵਜ਼ਨ ਆ ਉਹ ਤੁਹਾਡਾ ਕੰਟਰੋਲ 'ਚ ਰਹੂਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਬੀਪੀ ਵਾਲੇ ਪੇਸ਼ੈਂਟਾਂ ਵਾਸਤੇ ਵੀ ਜਿਹੜੀ ਕਲੌਂਜੀ ਉਹ ਬਹੁਤ ਜ਼ਿਆਦਾ ਫਾਇਦੇਮੰਦ ਆ, ਜਿਨ੍ਹਾਂ ਦਾ ਬੀਪੀ ਵੱਧਦਾ ਵਾ, ਜਿਹਨੂੰ ਆਪਾਂ ਬਲੱਡ ਪ੍ਰੈਸ਼ਰ ਕਹਿ ਸਕਦੇ ਹਾਂ ਵੱਧ ਗਿਆ, ਉਹਦੇ ਵਾਸਤੇ ਵੀ ਕਲੌਂਜੀ ਜਿਹੜੀ ਬਹੁਤ ਫਾਇਦੇਮੰਦ ਹੁੰਦੀ ਆ। ਉਹਦੇ ਵਿੱਚ ਤੁਸੀਂ ਸੇਵਨ ਕਰਨਾ ਉਸੇ ਤਰ੍ਹਾਂ ਖਾਲੀ ਪੇਟ ਸਵੇਰੇ ਉੱਠ ਕੇ ਤੁਸੀਂ ਗੁਣਗਣੇ ਪਾਣੀ ਦੇ ਨਾਲ ਇਹਦੇ ਬੀਜ ਦਾ ਸੇਵਨ ਕਰ ਲਓ, ਚਾਹੇ ਤੁਸੀਂ ਇਹਨੂੰ ਪਾਣੀ ਦੇ ਵਿੱਚ ਉਬਾਲ ਕੇ ਪੀ ਲਓ, ਕਿਸੇ ਵੀ ਤਰ੍ਹਾਂ ਤੁਸੀਂ ਇਹਦਾ ਸੇਵਨ ਕਰ ਲਓ ਤੇ ਉਹ ਜਿਹੜਾ ਹੌਲੀ ਹੌਲੀ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਜਿਹੜਾ ਵੱਧਦਾ ਸੀ ਉਹਨੂੰ ਵੀ ਕੰਟਰੋਲ ਕਰ ਦੇਗੀ ਇਹ ਕਲੌਂਜੀ। ਇਹ ਨਿੱਕੇ ਨਿੱਕੇ ਦਾਣਿਆਂ ਦੇ ਵਿੱਚ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ, ਬਸ ਇਹਨਾਂ ਨੂੰ ਆਪਾਂ ਨੂੰ ਜਾਣਨ ਦੀ ਥੋੜੀ ਜਿਹੀ ਜ਼ਰੂਰਤ ਹੁੰਦੀ ਆ ਵੀ ਕਲੌਂਜੀ ਹੋ ਗਈ, ਅਜਵਾਇਣ ਹੋ ਗਈ, ਸੌਂਫ ਹੋ ਗਈ, ਵੀ ਇਹਨਾਂ ਦੇ ਵਿੱਚ ਫਾਇਦੇ ਕਿੰਨੇ ਆ ਉਹ ਆਪਾਂ ਨੂੰ ਪਤਾ ਨਹੀਂ, ਅਣਜਾਣੇ 'ਚ ਆਪਾਂ ਇਹ ਜਿਹੜੇ ਮਸਾਲੇ ਜਿਹੜੇ ਵਰਤੀ ਜਾ ਰਹੇ ਹਾਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਈਆਂ ਨੂੰ ਜਿਵੇਂ ਅੱਜ ਕੱਲ੍ਹ ਬੱਚਿਆਂ ਦੇ ਵਿੱਚ ਵੀ ਇਹ ਜਿਹੜੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਯਾਦਾਸ਼ ਦੀ, ਯਾਦਾਸ਼ ਘੱਟ ਗਈ, ਚੇਤਾ ਭੁੱਲ ਜਾਂਦਾ ਵੀ ਪਤਾ ਨਹੀਂ ਕਿੱਥੇ ਕਿਹੜੀ ਚੀਜ਼ ਰੱਖ ਲਈ, ਇਹ ਬਹੁਤ ਜ਼ਿਆਦਾ ਆ ਰਹੀ ਹੈ ਆਪਾਂ ਨੂੰ, ਹਰੇਕ ਨੂੰ ਪ੍ਰੋਬਲਮ ਇਹ ਆ ਰਹੀ ਹੈ, ਸਿਆਣਿਆਂ ਨੂੰ ਵੀ, ਬੱਚਿਆਂ ਨੂੰ ਵੀ। ਤੇ ਉਹਦੇ ਵਿੱਚ ਵੀ ਇਹ ਜਿਹੜੀ ਕਲੌਂਜੀ ਹੈ ਬਹੁਤ ਮਦਦਗਾਰ ਹੁੰਦੀ ਹੈ, ਤੇ ਇਹ ਅਲਜਾਈਮਾ ਵਰਗੀਆਂ ਬਿਮਾਰੀਆਂ ਨੂੰ ਵੀ ਠੀਕ ਕਰਨ ਦੇ ਵਿੱਚ ਕਲੌਂਜੀ ਬਹੁਤ ਮਦਦਗਾਰ ਹੁੰਦੀ ਆ। ਤੇ ਯਾਦਾਸ਼ ਵਧਾਉਣ ਵਾਸਤੇ ਤੁਸੀਂ ਇਹਦਾ ਸੇਵਨ ਕਰਨਾ, ਪਾਣੀ ਦੇ ਗਲਾਸ ਦੇ ਵਿੱਚ ਇਹਨੂੰ ਇੱਕ ਚਮਚ ਕਲੌਂਜੀ ਨੂੰ ਪਾ ਕੇ ਰਾਤ ਭਿਉਂ ਕੇ ਰੱਖ ਦੇਣਾ। ਸਵੇਰੇ ਉੱਠ ਕੇ ਜਿਵੇਂ ਆਪਾਂ ਕਈ ਲੋਕ ਵੇਟ ਘਟਾਉਣ ਵਾਸਤੇ ਕੋਸਾ ਜਾਂ ਪਾਣੀ ਕਰਕੇ ਦੁੱਧ ਵਿੱਚ ਨਿੰਬੂ ਤੇ ਸ਼ਹਿਦ ਪਾਉਂਦੇ ਆ, ਤੁਸੀਂ ਇਹਦੇ ਵਿੱਚ ਇਕੱਲਾ ਸ਼ਹਿਦ ਪਾਉਣਾ, ਕਲੌਂਜੀ ਦੇ ਪਾਣੀ ਦੇ ਵਿੱਚ ਇਕੱਲਾ ਸ਼ਹਿਦ ਪਾ ਕੇ ਮਿਲਾ ਕੇ ਪੀਣ ਦੇ ਨਾਲ ਜਿਹੜੀ ਤੁਹਾਡੇ ਯਾਦਾਸ਼ ਹੌਲੀ ਹੌਲੀ ਜਿਹੜੀ ਉਹ ਵੱਧਦੀ ਜਾਊਗੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਵੱਡੀ ਦਿੱਕਤ ਦੀ, ਜਿਹੜੀ ਮੈਨੂੰ ਵੀ ਆ ਤੇ ਹੋਰ ਕਈਆਂ ਜਾਣਿਆਂ ਨੂੰ ਆ ਜਿਨ੍ਹਾਂ ਦੇ ਮੈਨੂੰ ਫੋਨ ਆਉਂਦੇ ਨੇ ਵੀ ਇਹ ਕੈਂਸਰ ਤੱਕ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਦੇ ਵਿੱਚ ਫਾਇਦੇਮੰਦ ਹੁੰਦੀ ਆ ਕਲੌਂਜੀ, ਕਿਉਂਕਿ ਇਹ ਹੁੰਦੀ ਹੈ ਜੀ ਐਂਟੀ ਆਕਸੀਡੈਂਟ ਹੁੰਦੀ ਆ ਜਿਹੜੀ ਅੰਦਰ ਆਪਣੇ ਬੈਕਟੀਰੀਆ ਨੂੰ ਆਪਣੇ ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਰੋਕਦੀ ਹੈ ਇਹ ਕਲੌਂਜੀ। ਜਿਵੇਂ ਆਮ ਹੀ ਕਹਿ ਦਿੰਦੇ ਆ ਕਿ ਕੈਂਸਰ ਦੇ ਪੇਸ਼ੈਂਟ ਨੂੰ ਜਿਹੜਾ ਕੱਚਾ ਪਿਆਜ਼ ਖਾਣਾ ਬਹੁਤ ਜ਼ਰੂਰੀ ਆ, ਤੇ ਦੇਖੋ ਪਿਆਜ਼ 'ਚ ਜੇ ਬੈਕਟੀਰੀਆ ਮਾਰਨ ਦੇ ਗੁਣ ਨੇ ਤੇ ਇਹ ਤੇ ਉਹਦਾ ਬੀਜ ਆ, ਇਸ ਕਰਕੇ ਤੁਸੀਂ ਕਲੌਂਜੀ ਦਾ ਸੇਵਨ ਕੈਂਸਰ ਵਾਲੇ ਜ਼ਰੂਰ ਕਰਿਓ ਜੇ, ਕਿਉਂਕਿ ਆਪਾਂ ਵੀ ਉਹ ਸੇਵਨ ਕਰਦੇ ਹਾਂ ਜਿਨ੍ਹਾਂ ਦਾ ਆਪਾਂ ਨੂੰ ਭੈਣ ਭਰਾਵਾਂ ਦਾ ਫੋਨ ਆਉਂਦਾ ਹੈ। ਮੈਨੂੰ ਐਂ ਨਹੀਂ ਲੱਗਦਾ ਕਿ ਉਹਨਾਂ ਨੂੰ ਕੈਂਸਰ ਹੈ, ਮੈਨੂੰ ਇਹ ਵੀ ਮੈਨੂੰ ਹੀ ਹੈ, ਮੈਨੂੰ ਆਪਦਾ ਹੀ ਦੁੱਖ ਲੱਗਦਾ ਹੈ ਕਿ ਕਿਉਂਕਿ ਜਦੋਂ ਸੇਮ ਹੀ ਦੁੱਖ ਨਿਕਲ ਜਾਂਦਾ ਇੱਕ ਹਿੰਮਤ ਜੀ ਵੀ ਮਿਲ ਜਾਂਦੀ ਵੀ ਮੇਰੇ ਨਾਲ ਦੇ ਹੈਗੇ ਨੇ, ਤੇ ਇੱਕ ਉਹ ਹੁੰਦਾ ਵਾ ਵੀ ਚੱਲ ਜਿਹੜੀ ਚੀਜ਼ ਮੈਂ ਸੇਵਨ ਕਰਦੀ ਹਾਂ ਉਹ ਮੈਂ ਅਗਲੇ ਨੂੰ ਵੀ ਦੱਸਾਂ ਵੀ ਇਹਦੇ ਨਾਲ ਪਈ ਫਾਇਦਾ ਬਹੁਤ ਹੁੰਦਾ, ਤੁਸੀਂ ਇਸ ਚੀਜ਼ ਦਾ ਸੇਵਨ ਜ਼ਰੂਰ ਕਰੋ। ਇਹਦੇ ਨਾਲ ਸੇਵਨ ਕਰਨ ਦੇ ਨਾਲ ਹੀ ਜਿਵੇਂ ਦੇ
ਤੇ ਨਾਲ ਨਾਲ ਆਪਾਂ ਦੇਸੀ ਚੀਜ਼ਾਂ ਦਾ ਵੀ ਆਪਣਾ ਜਿਵੇਂ ਕਹਿੰਦੇ ਪੰਜਾਬੀ ਆਪਾਂ ਜੁਗਾੜਮੈਂਟ ਕਰੀ ਜਾਂਦੇ ਤਾਂ ਕਿ ਜਿਹੜੇ ਸੈੱਲ ਆ ਉਹ ਅੰਦਰ ਵਧਣ ਨਾ ਆਪਣੇ ਜਿਹੜੇ ਕੈਂਸਰ ਦੇ ਬੈਕਟੀਰੀਆ ਨਾਲ ਪੈਦਾ ਹੁੰਦੇ ਨੇ ਸੈੱਲ ਉਹ ਨਾ ਵਧਣ ਤੇ ਉਹਦੇ ਵਾਸਤੇ ਤੁਹਾਨੂੰ ਚਾਹੀਦਾ ਵਾ ਮੇਨ ਜਿਹੜੀ ਗੱਲ ਆਪਾਂ ਤੁਹਾਨੂੰ ਦੱਸੀ ਆਪਣਾ ਖਾਣਾ ਪੀਣਾ ਤੁਹਾਨੂੰ ਸੁਧਾਰਨਾ ਪੈਣਾ ਜੇ ਆਪਾਂ ਉਹ ਜਿਹੀ ਬਿਆ ਖਾਈ ਜਾਵਾਂਗੇ ਚਾਹੇ ਖਰਾਬ ਖਾਈ ਜਾਵਾਂਗੇ ਤੇ ਉਹਦੇ ਨਾਲ ਜਿਹੜੀ ਅੰਦਰ ਬੈਕਟੀਰੀਆ ਜ਼ਿਆਦਾ ਪੈਦਾ ਹੋਊਗਾ ਤੇ ਉਹਦੇ ਨਾਲ ਜਿਹੜੀ ਕੈਂਸਰ ਦੀ ਪ੍ਰੋਬਲਮ ਜਿਹੜੀ ਆਪਣੀ ਉਹ ਠੀਕ ਹੋਣ ਦੀ ਬਜਾਏ ਵਧੂਗੀ ਜ਼ਰੂਰ। ਬਾਕੀ ਆਪਣੀ ਮੈਡੀਸਿਨ ਇਹਨਾਂ ਨੇ ਪੁੱਛਿਆ ਵਾ ਵੀ ਮੈਡਮ ਕਿੱਥੋਂ ਚੱਲਦੀ ਆ ਕਿੱਥੋਂ ਚੱਲਦੀ ਆ, ਮੈਂ ਬਹੁਤ ਵਾਰੀ ਬੋਲ ਚੁੱਕੀ ਆ ਹਰ ਵੀਡੀਓ ਦੇ ਵਿੱਚ ਕਿਸੇ ਵੇਲੇ ਦੱਸੀਦਾ ਕਿ ਮੇਰਾ ਜਿਹੜਾ ਟ੍ਰੀਟਮੈਂਟ ਆ ਉਹ ਸੰਗਰੂਰ ਹੋਮੀ ਭਾਬਾ ਕੈਂਸਰ ਹਸਪੀਟਲ ਤੋਂ ਚੱਲਦਾ ਹੈ, ਉਹ ਸਰਕਾਰੀ ਹਸਪੀਟਲ ਆ। ਤੁਸੀਂ ਇੱਕ ਵਾਰੀ ਜਿਹੜੇ ਇੱਧਰ ਉੱਧਰ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਜ਼ਿਆਦਾ ਪੈਸਾ ਲਾ ਰਹੇ ਹੋ, ਇੱਕ ਵਾਰੀ ਤੁਸੀਂ ਉੱਥੇ ਜਾ ਕੇ ਜ਼ਰੂਰ ਦੇਖਿਓ ਜੇ, ਬਹੁਤ ਹੀ ਵਧੀਆ ਹਸਪੀਟਲ ਆ ਤੇ ਬਹੁਤ ਹੀ ਵਧੀਆ ਦਵਾਈ ਆ। ਬਾਕੀ ਉਦਾਹਰਣ ਦੇ ਤੌਰ ਤੇ ਮੈਂ ਤੁਹਾਡੇ ਸਾਹਮਣੇ ਬੈਠੀ ਹੋਈ ਆ ਕਿਉਂਕਿ ਆਖਰੀ ਸਟੇਜ ਤੱਕ ਮੈਂ ਵੀ ਪਹੁੰਚ ਚੁੱਕੀ ਸੀ ਕੈਂਸਰ ਦੇ। ਕਈ ਲੋਕ ਪੁੱਛਦੇ ਨੇ ਕਿ ਮੈਡਮ ਤੁਹਾਨੂੰ ਇਹ ਜਿਹੜੀ ਕਿਹੜੀ ਕੈਂਸਰ ਆ ਉਹ ਆਪਾਂ ਉਹ ਵੀ ਕਈ ਵਾਰੀ ਪਹਿਲਾਂ ਵੀਡੀਓ 'ਚ ਪਹਿਲਾਂ ਦੱਸ ਚੁੱਕੇ ਹਾਂ। ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਆਪਾਂ ਦੱਸ ਦਿੰਦੇ ਹਾਂ ਕਿ ਮੈਨੂੰ ਬ੍ਰੈਸਟ ਦੀ ਕੈਂਸਰ ਸੀ ਤੇ ਜਿਹੜੀ ਕਲੋਂਜੀ ਹੈ ਇਹ ਬ੍ਰੈਸਟ ਦੀ ਕੈਂਸਰ ਤੇ ਫੇਫੜਿਆਂ ਦੀ ਕੈਂਸਰ ਨੂੰ ਜਿਹੜੀ ਠੀਕ ਕਰਨ ਦੇ ਵਿੱਚ ਮਦਦਗਾਰ ਬਣਦੀ ਆ। ਤੁਸੀਂ ਇਹਦਾ ਸੇਵਨ ਜ਼ਰੂਰ ਕਰਿਆ ਕਰੋ, ਜਿਨ੍ਹਾਂ ਦੇ ਘਰਾਂ ਦੇ ਵਿੱਚ ਹੈਗੀ ਆ ਉਹ ਤੁਸੀਂ ਰੋਜ਼ ਦਾਲ ਸਬਜ਼ੀ ਦੇ ਵਿੱਚ ਚਾਹੇ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਵਾ ਵੀ ਉਦਾਂ ਤੁਸੀਂ ਸੇਵਨ ਕਰੋ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਹੀਂ ਹੈਗੀ ਉਹ ਵੀ ਆਪਾਂ ਰਤਨਜੋਤ ਵਾਂਗੂ ਰਿਕੁਐਸਟ ਕਰਾਂਗੇ ਕਿ ਇਹਨੂੰ ਮਸਾਲੇ ਨੂੰ ਆਪਣੀ ਰਸੋਈ ਦੇ ਵਿੱਚ ਜ਼ਰੂਰ ਲੈ ਕੇ ਆਓ ਜੀ, ਇਹਦਾ ਸੇਵਨ ਕਰਿਆ ਕਰੋ ਜੀ। ਬਾਕੀ ਆਪਾਂ ਜਿੱਦਾਂ ਜਿੱਦਾਂ ਤੁਹਾਨੂੰ ਸੇਵਨ ਦੱਸੇ ਜਿੱਦਾਂ ਅਸੀਂ ਕਰਦੇ ਹਾਂ ਉਦਾਂ ਕਰਦੇ ਹਾਂ ਤੇ ਬਾਕੀ ਜਿਹੜਾ ਤੁਸੀਂ ਸੇਵਨ ਕਰਨਾ ਵਾ ਨਾ ਉਹ ਆਪਣੇ ਡਾਕਟਰ ਕੋਲ ਚਾਹੇ ਆਪਣੇ ਵੈਦ ਕੋਲ ਤੁਸੀਂ ਸਲਾਹ ਲੈ ਕੇ ਕਰਨਾ ਕਿਉਂਕਿ ਅਸੀਂ ਕਰਦੇ ਹਾਂ, ਜ਼ਰੂਰੀ ਨਹੀਂ ਹੈ ਵੀ ਮੈਨੂੰ ਉਹ ਚੀਜ਼ ਠੀਕ ਹੈ ਤੇ ਦੂਸਰੇ ਬੰਦੇ ਨੂੰ ਵੀ ਹੋਊਗੀ। ਜਿੰਨਾ ਆਪਣੇ ਕੋਲ ਗਿਆਨ ਸੀ ਉਹ ਆਪਾਂ ਤੁਹਾਨੂੰ ਦੇ ਦਿੱਤਾ ਤੇ ਤੁਸੀਂ ਆਪਣੇ ਰਿਸਕ ਦੇ ਉੱਤੇ ਤੁਸੀਂ ਇਹਦਾ ਸੇਵਨ ਕਰ ਸਕਦੇ ਹੋ। ਬਾਕੀ ਕੈਂਸਰ ਵਾਲਿਆਂ ਨੂੰ ਤੇ ਮੈਂ ਪੱਕਾ ਕਹਿੰਦੀ ਹਾਂ ਨਾ ਕਿਉਂਕਿ ਉਹ ਤੇ ਮੈਂ ਸੇਵਨ ਕਰ ਰਹੀ ਹਾਂ ਵੀ ਇਹਦੇ ਨਾਲ ਕਿੰਨਾ ਫਾਇਦਾ ਹੁੰਦਾ ਵਾ। ਤੇ ਬਾਕੀ ਤੁਸੀਂ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਸਾਰੀ ਵੀਡੀਓ ਸੁਣ ਕੇ ਜੇ ਤੁਹਾਨੂੰ ਲੱਗਾ ਕਿ ਮੈਂ ਸਹੀ ਬੋਲੀ ਹਾਂ ਤੇ ਤੁਸੀਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ ਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਕਿਹੜੀ ਪ੍ਰੋਬਲਮ ਵਾਸਤੇ ਯੂਜ਼ ਕਰ ਰਹੇ ਹੋ ਤੇ ਉਹਦਾ ਕੋਈ ਫਾਇਦਾ ਵੀ ਤੁਹਾਨੂੰ ਹੋਇਆ ਕਿ ਨਹੀਂ ਹੋਇਆ। ਕਿਉਂਕਿ ਜਿਹੜੀ ਚੀਜ਼ ਆ ਜਿਹੜਾ ਇਹਦਾ ਫਾਇਦਾ ਆਪਾਂ ਤੁਹਾਨੂੰ ਦੱਸਿਆ ਵੀ ਹੁੰਦਾ ਪੱਕੇ ਤੌਰ ਤੇ ਆ, ਪਰ ਹੁੰਦਾ ਹੌਲੀ ਹੌਲੀ ਆ ਕਿਉਂਕਿ ਦੇਸੀ ਕੋਈ ਵੀ ਚੀਜ਼ ਆਪਾਂ ਸੇਵਨ ਕਰਦੇ ਹਾਂ ਤੇ ਉਹਦਾ ਜਿਹੜਾ ਹੌਲੀ ਹੌਲੀ ਅਸਰ ਦਿਖਦਾ ਵਾ। ਤੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਆਪਾਂ ਰਿਕੁਐਸਟ ਕਰਦੇ ਹਾਂ ਜੀ ਮੇਰੇ ਚੈਨਲ ਰੂਪ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਬਾਕੀ ਇਸ ਆਪਣੇ ਚੈਨਲ ਤੇ ਜਾ ਕੇ ਤੁਸੀਂ ਦੇਖੋਗੇ ਆਪਾਂ ਸਰੀਰਕ ਸੰਬੰਧੀ ਜਿਹੜੀਆਂ ਕਈ ਵੀਡੀਓ ਪਾਈਆਂ ਨੇ, ਸਰੀਰਕ ਸੰਬੰਧੀ ਆਪਾਂ ਜਾਣਕਾਰੀ ਦਿੱਤੀ ਆ ਜਿਹੜੇ ਕਿਹੜੇ ਲੱਛਣ ਹੁੰਦੇ ਨੇ ਕੈਂਸਰ ਹੋਣ ਦੇ, ਚਾਹੇ ਕੈਂਸਰ ਆਪਾਂ ਠੀਕ ਕਿਵੇਂ ਕੀਤੀ ਆ, ਚਾਹੇ ਕਿਹੜੇ ਮਸਾਲੇ ਨਾਲ ਕਿਹੜੀ ਪ੍ਰੋਬਲਮ ਠੀਕ ਹੁੰਦੀ ਆ, ਚਾਹੇ ਆਪਾਂ ਨੂੰ ਕਿਹੜੇ ਅਨਾਜ ਖਾਣੇ ਚਾਹੀਦੇ ਨੇ, ਕਿਹੜੇ ਭਾਂਡੇ ਵਰਤਣੇ ਚਾਹੀਦੇ ਨੇ, ਉਹ ਆਪਾਂ ਸਾਰੀਆਂ ਜਿਹੜੀਆਂ ਚੈਨਲ ਤੇ ਵੀਡੀਓ ਤਿਆਰ ਕਰਕੇ ਪਾਈਆਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ। ਜੇ ਵੀਡੀਓ ਚੰਗੀਆਂ ਲੱਗਣ ਤੇ ਜ਼ਿਆਦਾ ਤੋਂ ਜ਼ਿਆਦਾ ਲੋੜਵੰਦਾਂ ਨੂੰ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ ਜੀ। ਹੁਣ ਇੱਥੇ ਆਪਾਂ ਵੀਡੀਓ ਦਾ ਕਰਦੇ ਜੀ ਐਂਡ ਤੇ ਕਲੌਂਜੀ ਦੇ ਫਾਇਦੇ ਚੱਕ ਕੇ ਕਰਦੇ ਇੰਜੋਏ। ਮਿਲਦੇ ਨੈਕਸਟ ਵੀਡੀਓ ਦੇ, ਤਦ ਤੱਕ ਲਈ ਬਾਏ।